ਬੱਚੀ ਕੀ ਹਾਲ ਆ ਵੀਰੇ? ਵਧੀਆ ਵੀਰ। ਕੀ ਬਣਾ ਰਹੇ ਆ? ਬਣਾਣਾ ਕੀ ਚਾਰ ਦੇ ਫਿਰ ਰਹੇ ਬੱਕਰੀ। ਅੱਛਾ ਬਾਈ, ਹੋਰ ਫਿਰ ਬਸ ਦਿੰਦੇ ਫਿਰ ਰਹੇ ਗੇੜੇ ਵੀਰ। ਕਿੰਨੀਆਂ ਬੱਕਰੀਆਂ ਗੇੜੇ ਵੀਰ? ਕਿੰਨੀਆਂ ਬੱਕਰੀਆਂ ਨੇ ਬਾਈ ਆਪਣੇ ਕੋਲੇ ਇਸ ਟਾਈਮ? ਇਸ ਟਾਈਮ ਹੋਣੀਆਂ ਵੀਰ ਸਾਡੇ ਲਈ ਬੱਕਰੀਆਂ 100-150 ਬੱਕਰੀ ਹੋਣੀ ਵੀਰ। ਅੱਛਾ ਵੀਰੇ, ਵਿੱਚ ਬਕਾਊ ਵੀ ਨੇ ਬਾਈ? ਹੈਗੇ ਨੇ ਵਿੱਚ ਸੇਲ ਵੀ ਨੇ। ਬਾਈ ਇਹ ਦੱਸ ਵੀ ਤੂੰ ਘਰੇ ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ? ਆਪਾਂ ਨੇ ਸੇਲ ਤੋਂ ਬਿਨਾਂ ਮੰਨ ਲਓ ਤੁਸੀਂ ਵੀ ਕਿੰਨੀਆਂ ਬੱਕਰੀਆਂ ਨੇ ਨਾ ਵਿੱਚ ਵੀ, ਬਾਕੀ ਆਪਣੇ ਕੋਲੇ ਸਾਰੀਆਂ ਪਕਾਊ ਨੇ ਬੱਕਰੀਆਂ, ਦੇਖ ਸਕਦੇ ਹੋ ਬਾਈ। ਘਰ ਵੀ ਸਾਡੇ ਲਈ ਬੱਕਰੀਆਂ ਹੈਗੇ ਨੇ 40-45 ਬੱਕਰੀਆਂ ਵੱਡੀ ਵੱਡੀਆਂ। ਅੱਛਾ ਵੱਡੀਆਂ ਬੱਕਰੀਆਂ ਬਾਈ, ਉਹ ਨਹੀਂ ਆਪਾਂ ਨੇ ਵੇਚਣੀਆਂ ਬਾਈ? ਨਾ ਵੀਰ, ਉਹ ਨਹੀਂ ਵੇਚਣੀਆਂ। ਅੱਛਾ, ਜੇ ਕੋਈ ਬਾਈ ਮੰਗੇ ਤਾਂ ਆਪਾਂ ਫਿਰ ਉਹਨੂੰ ਕੀ ਜਵਾਬ ਸਵਾਬ ਕਰ ਸਕਦੇ ਹਾਂਗੇ? ਹੁਣ ਜਿਹੜਾ ਬੰਦਾ ਕੋਈ ਸ਼ੌਂਕੀਆ ਤੌਰ 'ਤੇ ਹੋਇਆ ਉਹ ਵੀਰ ਨੂੰ ਦੇ ਦਾਂਗੇ ਬੱਕਰੀ, ਜਿਹੜਾ ਪੂਰਾ ਘਰ ਰੱਖਣ ਵਾਸਤੇ ਹੋਇਆ। ਅੱਛਾ ਬਾਈ, ਠੀਕ ਆ ਵੀਰੇ, ਵੀ ਉਹ ਨਹੀਂ ਦੇਣੀ ਬਾਈ ਨੂੰ ਕਿਸੇ ਨੂੰ, ਹੈ? ਠੀਕ ਆ ਵੀਰੇ, ਜਿਵੇਂ ਕੋਈ ਨਵੇਂ ਫਾਰਮ ਵਾਲਾ ਆ ਗਿਆ ਉਹਨੂੰ ਆਪਾਂ ਕੀ ਰੇਟ ਦੀਆਂ ਮਤਲਬ ਬੱਕਰੀਆਂ ਦੇ ਸਕਦੇ ਹਾਂ ਬਾਈ? ਬਸ ਦੇ ਦਾਂਗੇ ਫਿਰ ਕੋਈ 30 ਦੀ, ਕੋਈ 35 ਦੀ। ਅੱਛਾ, ਵੱਡੀ ਬੱਕਰੀ ਜਿਹੜੀ ਚੰਗੀ ਆ। ਠੀਕ ਆ ਵੀਰੇ, ਕੋਈ 40 ਦੀ, 50 ਦੀ ਬਸ ਆ ਰਹੀ ਆ। ਅੱਛਾ, ਇਹ ਬੱਕਰੀਆਂ ਬਾਈ ਤੁਹਾਨੂੰ ਘਰੇ ਰੱਖੀਆਂ ਹੋਈਆਂ ਨੇ, ਮਤਲਬ ਇਹਨਾਂ ਵਿੱਚ ਤਾਂ ਫਿਰ ਯਾਰ ਮੇਰੇ ਹਿਸਾਬ ਦੇ ਵਿੱਚ 50 ਬੱਕਰੀਆਂ ਪਕਾਊ ਹੋਣੀਆਂ ਬਾਈ ਯਾਰ ਤੁਹਾਡੇ ਕੋਲੇ, ਹੈ ਨਾ? ਹਾਂ ਵੀਰ। ਅੱਛਾ ਜੀ, ਠੀਕ ਆ ਜੀ, ਜੇ ਕੋਈ ਬਾਈ ਫੋਨ ਨੰਬਰ ਕਰੇ ਤਾਂ ਦੇ ਦੋਗੇ ਬਾਈ ਬੱਕਰੀਆਂ? ਹੈ, ਦੇ ਦਾਂਗੇ ਵੀਰ। ਠੀਕ ਆ ਵੀਰੇ, ਠੀਕ ਆ, ਠੀਕ ਆ ਬਾਈ, ਚਲੋ ਬਹੁਤ ਵਧੀਆ ਵੀਰੇ। ਅੱਜ ਵਿਹਲੇ ਸੀ ਬਾਈ, ਚਰਨਾ ਬੱਕਰੀਆਂ 'ਚ ਫਿਰ ਰਿਹਾ ਵੀਰੇ। ਠੀਕ ਆ ਬਾਈ, ਧੰਨਵਾਦ ਵੀਰੇ, ਜਿਹੜੇ ਬਾਈ ਦੇਖਣਗੇ ਤਾਂ ਉਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਆ ਬਾਈ। ਠੀਕ ਆ ਜੀ, ਆਹ ਦੇਖ ਸਕਦੇ ਹੋ ਵੀਰੇ, ਅੱਜ ਬੱਕਰੀਆਂ 'ਚ ਸੀਗੇ ਬਾਈ, ਇਹ ਪੱਠਾਂ ਰੱਖੀਆਂ ਹੋਈਆਂ ਨੇ ਵੀਰੇ ਘਰੇ ਆਪਾਂ ਨੇ। ਠੀਕ ਆ ਬਾਈ, ਆਹ ਦੇਖੋ ਬੱਕਰੀਆਂ, ਤਾਂ ਹੁਣ ਸਾਨੂੰ ਥੋੜ੍ਹਾ ਜਿਹਾ ਵੀਰੇ ਦੁੱਧ ਪਾਣੀ ਦਾ ਲਾਲਚ ਹੁੰਦਾ ਬਾਈ, ਦੇਖੋ। ਠੀਕ ਆ ਜੀ, ਗੱਲ ਦੇਖ ਸਕਦੇ ਹਾਂ। ਖਾਸ ਕਰਕੇ ਬਾਈ ਮੰਡੀਆਂ 'ਚ ਤਾਂ ਰੋਜ਼ ਹੀ ਫਿਰਦੇ ਹਾਂ ਆਪਾਂ, ਕੋਈ ਦਿੱਕਤ ਨਹੀਂ ਹੈਗੀ, ਤਾਂ ਬਾਈ ਦੇਖਦੇ ਹੀ ਰਹਿੰਦੇ ਨੇ ਆਪਾਂ ਨੂੰ, ਯੂਟਿਊਬ 'ਤੇ ਜਾਂ ਚੈਨਲ 'ਤੇ ਮੈਸੇਜ ਆਉਂਦੇ ਨੇ। ਠੀਕ ਆ ਬਾਈ, ਤਾਂ ਆਹ ਬਾਈ ਆਪਣਾ ਦਾ ਵੀਰੇ ਜ਼ਿੰਮੇਦਾਰ, ਇੱਕ ਉਹ ਬਾਈ ਪਿੱਛੇ ਖੜਿਆ ਜ਼ਿੰਮੇਦਾਰ ਬਾਈ ਸੋਨੀ ਸਾਧ ਮਾਜਰਾ। ਸੋਨੀ, ਕੀ ਹਾਲ ਆ ਵੀਰੇ? ਹਾਂ, ਕੀ ਬਣਾ ਰਿਹਾ? ਅੱਛਾ, ਬੱਕਰੀਆਂ ਚਾਰ ਰਿਹਾ ਬਾਈ, ਠੀਕ ਆ, ਹੁੰਦਾ ਨਜ਼ਾਰਾ ਬਾਈ ਫਿਰ? ਅੱਛਾ ਬਾਈ, ਚਾਹ ਫਿਰ ਕਿੰਨੀ ਵਾਰੀ ਬਣਾਉਂਦੇ ਹੋ ਵੀਰੇ? ਅੱਛਾ, ਡਰ ਲੱਗਦਾ ਵੀਰੇ ਵੀ ਕਿਤੇ ਅੱਗ ਉੱਗ ਨਾ ਲੱਗ ਜੇ, ਹੈ? ਚੱਲ ਕੋਈ ਗੱਲ ਨਹੀਂ, ਕਿਸੇ ਚਟਾਲੇ 'ਚ ਬਹਿ ਕੇ ਜਾਂ ਕਿਸੇ ਮੋਟਰ 'ਤੇ ਬਹਿ ਕੇ ਵੀਰੇ ਕੋਠੀ ਦੇ ਵਿੱਚ ਬਣਾਇਆ ਕਰੋ ਚਾਹ, ਵੀ ਡਰ ਵੀ ਸੱਚਾ ਵੀਰੇ, ਅਗਲੇ ਦੀ ਫਸਲ ਆ ਗਈ ਪੱਕੀ ਖੜੀ ਆ ਵੀਰੇ, ਡਰਨਾ ਵੀ ਜ਼ਰੂਰੀ ਆ ਬਾਈ ਜੀ। ਚਲੋ ਬਹੁਤ ਵਧੀਆ ਸੋਚ ਆ ਬਾਈ ਤੁਹਾਡੀ, ਤਾਂ ਇਹ ਵੀ ਜ਼ਰੂਰੀ ਆ ਵੀਰੇ, ਨੁਕਸਾਨ ਵਾਲਾ ਕੰਮ ਨਾ ਹੋਵੇ ਕਿਸੇ ਬਾਈ ਦਾ, ਇਹ ਚੱਕਰ ਪੈਂਦਾ ਵੀਰੇ। ਚਲੋ ਠੀਕ ਆ ਬਾਈ, ਅੱਜ ਬਾਈ ਬੱਕਰੀਆਂ 'ਚ ਫਿਰ ਰਹੇ ਸੀਗੇ, ਵਿਹਲੇ ਸੀ ਵੀਰੇ, ਮੰਡੀ ਮੁੰਡੀ ਕਿਤੇ ਗਏ ਨਹੀਂ ਹੈਗੇ ਵੀਰੇ ਗਰਮੀ ਕਰਕੇ, ਤਾਂ ਜਿਹੜੇ ਬਾਈ ਦੇਖਣਗੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ, ਤਾਂ ਬਹੁਤ ਬਹੁਤ ਹੀ ਆ ਬਾਈ। ਆਪਾਂ ਛੇਲਾ ਰੱਖਿਆ ਹੋਇਆ ਘਰੇ, ਦੇਖੋ ਬੱਕਰੀਆਂ ਵਾਸਤੇ, ਇਹ ਹਜੇ ਆਪਣਾ ਚਾਰ ਦੰਦ ਹੋਇਆ ਵੀਰੇ ਛੇਲਾ, ਰੰਗ ਬਹੁਤ ਸੋਹਣਾ ਵੀਰੇ, ਰੰਗ ਦੇ ਵਿੱਚ ਵੀਰੇ ਕੋਈ ਕਮੀ ਨਹੀਂ ਹੈਗੀ। ਠੀਕ ਆ, ਓਕੇ ਆ ਬਾਈ, ਦੇਖ ਸਕਦੇ ਹੋ ਕੰਨਾਂ ਕੁੰਨਾਂ ਦੀ ਲੈਂਥ ਵੀਰੇ ਬਹੁਤ ਵਧੀਆ, ਬੱਕਰੀਆਂ ਦੇ ਰੰਗ ਵੀਰੇ ਹਰ ਤਰ੍ਹਾਂ ਦੇ ਨੇ ਆਪਣੇ ਕੋਲੇ, ਡੱਬੀ ਬੱਕਰੀ, ਲਾਲ ਲੋਹੀ ਬੱਕਰੀ ਆ, ਦੇਖੋ ਜਿਵੇਂ ਹੁਣ ਲਾਲ ਲੋਹੀ ਬੱਕਰੀ ਖੜੀ ਆ ਵੀਰੇ, ਜਿਹਨੂੰ ਲਾਲ ਲੋਹੀ ਕਹਿੰਦੇ ਨੇ, ਜਿਹਨੂੰ ਲਾਲ ਸ਼ੇਰੀ ਕਹਿੰਦੇ ਨੇ ਬਾਈ ਜੀ, ਦੇਖ ਸਕਦੇ ਹੋ। ਠੀਕ ਆ ਵੀਰੇ, ਆ ਦੇਖੋ, ਆ ਜਿਵੇਂ ਆ ਗਈ ਵੀਰੇ ਨਾਗਰੀ ਸ਼ੇਰੀ, ਆ ਦੇਖ ਸਕਦੇ ਹੋ ਬਾਈ, ਆ ਜਿਹਨੂੰ ਲਾਲ ਨਾਗਰੀ ਬੋਲਦੇ ਨੇ ਵੀਰੇ, ਇਹ ਬੱਕਰੀ ਦੇਖੋ ਵੀਰੇ, ਇਹ ਲਾਲ ਨਾਗਰੀ 'ਚ ਆ ਗਈ, ਦੇਖੋ ਬਾਈ
ਠੀਕ ਆ ਜੀ। ਇਹ ਜਿਵੇਂ ਲਾਲ ਕਾਲੀ ਸ਼ੇਰੀ ਹੋ ਗਈ ਬਾਈ, ਠੀਕ ਆ ਜੀ। ਆਹ ਕਾਲੀ ਟੱਬੀ ਹੋ ਗਈ ਵੀਰੇ, ਆਹ ਦੇਖੋ। ਚਲ ਬਾਈ ਇਹ ਕਾਲੀ ਡੱਬੀ ਆ ਵੀਰੇ, ਠੀਕ ਆ ਜੀ। ਆਹ ਦੇਖ ਸਕਦੇ ਹੋ ਬਾਈ, ਇਹਨੂੰ ਬੂਰ ਕੰਨੀ ਕਹਿੰਦੇ ਨੇ ਬੱਕਰੀ ਨੂੰ। ਚਿੱਟੇ ਕੰਨ, ਬਾਕੀ ਸਾਰੀ ਕਾਲੀ ਆ ਵੀਰੇ, ਆਹ ਦੇਖੋ ਬਾਈ ਜੀ। ਬਹੁਤ ਵਧੀਆ ਓਕੇ ਬੱਕਰੀ ਆ ਵੀਰੇ, ਇਹਨੂੰ ਬੋਲਦੇ ਨੇ ਵੀਰੇ ਲਾਲ ਲੋਹੀ, ਪੱਕੀ ਲੋਹੀ ਜਿਹਨੂੰ ਕਹਿੰਦੇ ਨੇ ਬਾਈ ਜੀ। ਦੇਖੋ ਇਹ ਪੱਕੀ ਲੋਹੀ ਆ ਬਾਈ। ਕਈ ਵਾਰੀ ਬਾਈ ਕਹਿੰਦੇ ਨੇ ਲਾਲ ਬੱਕਰੀ ਕਿਵੇਂ ਦੀ ਹੁੰਦੀ ਆ, ਕਿੰਨੇ ਲਾਲ ਦੇ ਵਿੱਚ ਵੀ ਬਾਈ ਜੀ ਦੋ ਤਿੰਨ ਰੰਗ ਨੇਗੇ। ਆਹ ਸ਼ੇਰੀ ਬੋਲ ਦਿੰਦੇ ਨੇ ਵੀਰੇ, ਚਿੱਟੀ ਸ਼ੇਰੀ 'ਚ ਆ ਜਾਂਦੀ ਆ ਬਾਈ, ਕਰੀਮ ਕਲਰ ਦੇ ਵਿੱਚ ਬਾਈ ਜੀ। ਆਹ ਪਾਠਾ ਵੀਰੇ ਹਜੇ ਆਪਾਂ ਨੇ ਕਰਾਊਸ ਨਹੀਂ ਕਰਾਈ, ਠੀਕ ਆ ਜੀ। ਬਹੁਤ ਹੀ ਵਧੀਆ ਬੱਕਰੇ ਦੀ ਪਾਠਾ ਬਾਈ ਜੀ, ਜਿਵੇਂ ਆਹ ਕਾਲੀ ਹੋ ਗਈ ਵੀਰੇ, ਇਹ ਕਾਲੀ ਆ ਵੀਰੇ ਬੱਕਰੀ ਆਪਣੇ ਕੋਲ। ਇਹ ਬੱਕਰੀਆਂ ਆਪਾਂ ਨੇ ਵੀਰੇ ਘਰ ਰੱਖੀਆਂ ਹੋਈਆਂ ਨੇ, ਸੇਲ ਨਹੀਂ ਕਰਦੇ ਬਾਈ ਜੀ ਇਹਨਾਂ ਨੂੰ ਆਪਾਂ ਨੇ, ਠੀਕ ਆ ਜੀ। ਦੇਖੋ ਬਾਈ ਵੀਰੇ, ਆਹ ਆਪਣੇ ਕੋਲ ਕਾਲਾ ਛੇਲਾ ਵੀਰੇ, ਦੇਖ ਸਕਦੇ ਬਹੁਤ ਵਧੀਆ ਵੀਰੇ, ਆਹ ਦੇਖੋ। ਅੱਜ ਬਾਣਾਂ 'ਚ ਫਿਰ ਰਹੀਆਂ ਨੇ ਬਾਈ ਜੀ, ਬਾਣਾਂ 'ਚ ਫਿਰ ਰਹੇ ਹਾਂ ਬਾਈ ਅੱਜ ਇਹਨਾਂ ਨੂੰ ਲੈ ਕੇ ਆਪਾਂ। ਹਜੇ ਕੁੱਲ 11 ਦਾ ਟਾਈਮ ਹੋਇਆ ਬਾਈ ਜੀ, 11 ਵਜੇ ਵੀਡੀਓ ਲੱਗ ਰਹੇ ਹਾਂ ਬਾਈ, ਬਣਾ ਕੇ ਘਰੋਂ ਖੋਲ੍ਹੀਆਂ ਹੋਈਆਂ ਨੇ ਬਾਈ ਜੀ ਹੁਣ ਇਸ ਟਾਈਮ, ਠੀਕ ਆ ਜੀ। ਗਰਮੀ ਕਰਕੇ ਬਾਈ ਜੀ ਬਹੁਤ ਸਾਜਰੇ ਛੱਡਣੀਆਂ ਪੈਂਦੀਆਂ ਨੇਗੀਆਂ, ਖਾਸ ਕਰਕੇ ਵੀਰੇ ਪਾਣੀ ਧੰਦੇ ਦਾ ਜ਼ਿਆਦਾ ਹੁੰਦਾ ਅੱਜ ਕੱਲ੍ਹ, ਗਰਮੀ ਬਹੁਤ ਆ, ਪਾਣੀ ਤਾਂ ਮਿਲੀ ਜਾਂਦਾ ਬਾਈ ਜੀ ਆਪਾਂ ਨੂੰ। ਹਾਂਜੀ ਹਾਂ ਬਾਈ ਜੀ, ਤਾਂ ਬਹੁਤ ਗੌਰ ਕਰਨੀ ਪੈਂਦੀ ਆ ਵੀਰੇ ਗਰਮੀ ਦੇ ਸਮੇਂ ਦੇ ਵਿੱਚ। ਘਰ ਵੀ ਜਿਹੜੇ ਬਾਈਆਂ ਨੇ ਫਾਰਮ 'ਚ ਰੱਖੀਆਂ ਨੇ ਵੀਰੇ, ਪਾਣੀ ਦੀ ਦੇਖਭਾਲ ਤਾਂ ਖਾਣੇ ਦਾਣੇ ਦੀ ਤਾਂ ਜ਼ਰੂਰੀ ਆ ਬਾਈ ਜੀ। ਆਹ ਦੇਖੋ ਵੀਰੇ ਧੁੱਪ ਦਾ ਟਾਈਮ ਆ ਵੀਰੇ, ਇਹ ਵੀ ਅੱਜ ਵਿਹਲੇ ਸੀ ਬਾਈ ਤਾਂ ਫਿਰ ਰਹੇ ਹਾਂ ਬੱਕਰੀਆਂ ਦੇ ਵਿੱਚ, ਠੀਕ ਆ ਜੀ। ਆਹ ਦੇਖੋ ਬਾਈ ਲਾਲ ਡੱਬੀ ਆ ਵੀਰੇ ਬੱਕਰੀ, ਬਹੁਤ ਵਧੀਆ ਬਾਈ ਦੇਖੋ। ਤਾਂ ਕਾਲੀ ਪਾਠਾ ਵੀਰੇ ਪਹਿਲੇ ਸੂਏ ਸੂਈ ਹੋਈ ਆ ਬਾਈ ਜੀ ਇਹ, ਠੀਕ ਆ ਜੀ। ਇਹ ਵੱਡੀਆਂ ਬੱਕਰੀਆਂ ਨੇ ਬਾਈ ਆਪਣੀਆਂ ਸ਼ੁਰੂ ਦੀਆਂ, ਜਿਵੇਂ ਆ ਰੋਡੀ ਹੋ ਗਈ ਬਾਈ ਜੀ, ਆਹ ਦੇਖੋ ਵੀਰੇ। ਤਾਂ ਬਹੁਤ ਵਧੀਆ ਬੱਕਰੀਆਂ ਨੇ ਬਾਈ, ਆਹ ਦੇਖ ਸਕਦੇ ਹਾਂ। ਵੀਰੇ ਬਾਣਾਂ ਦੇ ਵਿੱਚ ਇਸ ਟਾਈਮ ਇਹਨਾਂ ਨੂੰ ਕਣਕ ਦੀ ਪੈ ਰਹੀ ਆ ਬਾਈ, ਬੱਲੀਆਂ ਚੱਕ ਰਹੀਆਂ ਨੇਗੀਆਂ। ਅਗਲਾ ਕਹਿੰਦਾ ਵੀਰੇ ਦਾਣਾ ਦਾਣਾ ਸਾਰਾ ਦਿਨ ਬਾਈ ਇਹਨਾਂ ਨੇ ਖਾਣਾ ਆ, ਹਰਾ ਚਾਰਾ ਵੀ ਖਾਣਾ ਵੀਰੇ ਇਹਨਾਂ ਨੇ ਜ਼ਰੂਰ, ਇਕੱਲਾ ਦਾਣਾ ਨਹੀਂ ਵੀਰੇ ਕਾਮਯਾਬ ਹੋਣ ਦਿੰਦਾ ਇਹਨਾਂ ਨੂੰ। ਆਹ ਦੇਖੋ ਜਿਵੇਂ ਵੇਲ ਪਈ ਆ ਬਾਈ ਵੱਟ ਦੇ ਉੱਤੇ, ਤਾਂ ਸਾਰੀ ਵੇਲ ਇਹਨਾਂ ਨੇ ਬੱਕਰੀਆਂ ਨਹੀਂ ਖਾਣੀਆਂ ਬਾਈ ਜੀ, ਆ ਖਾਣ ਵੀ ਲੱਗ ਰਹੀਆਂ ਤੁਹਾਡੇ ਸਾਹਮਣੇ ਦੇਖੋ ਵੀਰੇ। ਹਾਂਜੀ ਹੁਣ ਜੇ ਆਪਾਂ ਬਾਈ ਜੀ ਦਾਣਾ ਪਾਉਂਦੇ ਹਾਂ, ਤਾਂ ਚਟਾਲਾ ਬਹੁਤ ਵਧੀਆ ਚੀਜ਼ ਆ ਵੀਰੇ ਪਾਉਣ ਵਾਸਤੇ ਇਹਨਾਂ ਦੇ, ਬਹੁਤ ਵਧੀਆ ਵੀਰੇ। ਧੰਨਵਾਦ ਬਾਈ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਵੀਰੇ। ਚਲੋ ਓਕੇ ਸਰ।